सरबत का भला ट्रस्ट के संस्थापक एसपीएस ओबराय के प्रयत्नों से लगभग 5 महीने की कार्रवाई करने के बाद गुरप्रीत सिंह नामक युवक जो कि शेखुपुर का रहने वाला है उसे मौत की सजा से मुक्त करवाकर भारत वापस लाया गया। इस मौके पर नौजवान ने बताया कि वह वर्ष 2019 में दुबई गया था, उसके साथ 3 पाकिस्तानी नौजवान थे जिनके द्वारा गुनाह किया गया था और उसे नाजायज केस में फंसा दिया गया, जिसके बाद अदालत ने उसे मौत की सजा सुना दी थी, जिसके बाद उसके परिवार द्वारा सरबत का भला ट्रस्ट के एसपी ओबराय के साथ मुलाकात की गई, जिसके तहत लगभग 5 महीनों के बाद उसे भारत वापस लाया गया, जिसके चलते परिवार में भी काफी खुशी दिखाई दे रही है। पारिवारिक सदस्यों का कहना था कि उनका बेटा उनके पास दोबारा जन्म लेकर पहुंचा है। वहीं सरबत का भला ट्रस्ट के सदस्य सुखदीप सिंह ने बताया कि जिस नौजवान की मौत हुई थी उसके परिवार को 2 लाख दिरहम के करीब ब्लड मनी दी गई। अगर उसकी भारत करेंसी के मुताबिक बात की जाए तो वे 46 लाख रुपए बनते हैं, जिसके बाद सरकार द्वारा भी काफी मदद की गई और कागजी कार्रवाई में भी भारतीय एम्बेसी ने भी काफी योगदान दिया, जिसके बाद उक्त नौजवान को भारत वापस लाया गया। अमृतसर से हलचल के लिए सुनील खोसला की रिपोर्ट। मेरा नाम बलजीत कौर है, अभी शेखपुर के रहने वाले हैं। ਅਤੇ ਅਸੀਂ ਭਾਜੀ ਸੁਖਦੀਪ ਹੋਣਾ ਨੇ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ ਆ। ਇਹਨਾਂ ਨੇ ਸਾਨੂੰ ਬਰਾਏ ਸਾਹਿਬ ਨੂੰ ਮਿਲਾ ਕੇ ਸਾਡਾ ਬੇਟਾ ਜਿਹੜਾ ਸਾਡਾ ਬਾਹਰ ਕੱਢਿਆ। ਅਸੀਂ ਬਰਾਏ ਸਾਹਿਬ ਦਾ ਬਹੁਤ ਧੰਨ ਕਰਦੇ ਹਾਂ, ਸ਼ੁਕਰ ਕਰਦੇ ਹਾਂ ਵੀ ਜਿਨ੍ਹਾਂ ਨੇ ਸਾਡਾ ਇੱਥੋਂ ਤੱਕ ਸਾਡਾ ਕੇਸ ਬੰਨੇ ਲਾਇਆ। ਜੇ ਬਰਾਏ ਸਾਹਿਬ ਨਾ ਹੁੰਦੇ ਅਸੀਂ ਤਾਂ ਰੋਲਣ ਵਾਲਾ ਹਿਸਾਬ ਹੀ ਦੂਜੇ ਮੁਲਕ ਦੇ ਵਿੱਚ ਰੋਲ ਹੀ ਗਏ ਹਿਸਾਬ ਦੇ ਨਾਲ, ਅਤੇ ਧੱਕੇ ਖਾਂਦਿਆਂ ਨੂੰ ਸਾਨੂੰ ਆਹ ਦੇਣ ਆ ਗਏ। ਅੱਜ ਅਸੀਂ ਧੰਨਵਾਦ ਕਰਦੇ ਹਾਂ ਨਾ ਸੁਖਜਿੰਦਰ ਹੋਣਾ ਦਾ ਵੀ, ਸੁਖਦੀਪ ਹੋਣਾ ਦਾ ਵੀ, ਜਿਨ੍ਹਾਂ ਨੇ ਸਾਡੇ ਨਾਲ ਬਹੁਤ ਹੈਲਪ ਕੀਤੀ ਆ। ਇਹਨਾਂ ਨੇ ਬਹੁਤ ਜ਼ਿਆਦਾ ਸਾਡੇ ਨਾਲ ਸਾਥ ਦਿੱਤਾ ਵਾ ਵੀ ਨਾਲ ਤੁਰੇ ਰਹੇ ਆ, ਅਤੇ ਜਿਸ ਤਰ੍ਹਾਂ ਉਹ ਮੁੱਕ ਗਏ ਸੀ ਅਤੇ ਮੈਂ ਇਕੱਲੀ ਕੀ ਕਰ ਸਕਦੀ ਹਾਂ। ਪਰ ਸੁਖਦੀਪ ਹੋਣਾ ਨੇ ਮੇਰੀ ਬਾਂਹ ਨਹੀਂ ਛੱਡੀ, ਇਹਨਾਂ ਨੇ ਆਖਿਆ ਵੀ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ, ਅਸੀਂ ਤੁਹਾਡੇ ਨਾਲ ਹਾਂ। ਅਤੇ ਬਾਕੀ ਬਰਾਏ ਸਾਹਿਬ ਨੇ ਵੀ ਕਿਹਾ ਸੀ ਵੀ ਅਸੀਂ ਤੁਹਾਡਾ ਬੇਟਾ ਕੱਢ ਕੇ ਛੱਡਾਂਗੇ। ਅਤੇ ਮਤਲਬ ਨਜਾਇਜ਼ ਮੇਰੇ 'ਤੇ ਜਾਣੀ ਇਹ 302 ਦਾ ਪਰਚਾ ਪੈ ਗਿਆ ਮਰਡਰ ਕੇਸ ਦੇ ਵਿੱਚ। ਅਤੇ ਉਸ ਤੋਂ ਬਾਅਦ ਅਸੀਂ ਮਤਲਬ ਅੰਮ੍ਰਿਤਸਰ ਉਹਨਾਂ ਨਾਲ ਅਸੀਂ ਰਾਬਤਾ ਕੀਤਾ, ਉਹਨਾਂ ਨਾਲ ਕਨੈਕਟ ਕੀਤਾ ਸੀ ਉਹਨਾਂ ਦੇ ਨਾਲ, ਅਤੇ ਉਹਨਾਂ ਨੇ ਸਾਡੀ ਬਾਂਹ ਫੜੀ, ਮਤਲਬ ਉੱਥੋਂ ਤੱਕ ਸਾਨੂੰ ਲੈ ਕੇ ਆਏ। ਮਤਲਬ ਫੈਮਿਲੀ ਨੇ ਭਜਨ ਅੱਠ ਕੇ ਉਹਨਾਂ ਦੇ ਨਾਲ ਮਤਲਬ ਗੱਲਬਾਤ ਕੀਤੀ ਉਹਨਾਂ ਦੇ ਨਾਲ, ਅਤੇ ਉਹਨਾਂ ਨੇ ਮਤਲਬ ਕੋਰਟ ਦੇ ਵਿੱਚ ਜਾ ਕੇ ਯਾਨੀ ਮੇਰੇ ਪਿੱਛੇ ਪੈਰਵਾਈ ਕਰਕੇ, ਅਤੇ ਅੱਜ ਮੈਨੂੰ ਯਾਨੀ 5 ਸਾਲ ਦੇ ਬਾਅਦ ਅੱਜ ਮੈਨੂੰ ਰਿਹਾਈ ਬਖਸ਼ੀ। ਤੁਸੀਂ ਗਏ ਕਦੋਂ ਸੀ ਇੱਥੋਂ? ਇੱਥੋਂ ਮੈਂ ਯਾਨੀ ਪਹਿਲਾਂ ਤੋਂ ਮਤਲਬ 2014 ਤੋਂ ਪਹਿਲਾਂ ਮੈਂ ਜੋਬ ਕਰਦਾ ਸੀ ਉੱਥੇ। ਉਸ ਤੋਂ ਬਾਅਦ ਯਾਨੀ ਇੱਕ ਨਜਾਇਜ਼ ਯਾਨੀ ਇਹ ਮੇਰੇ 3 ਮੁੰਡੇ ਸੀ ਪਾਕਿਸਤਾਨੀ ਮੇਰੇ ਕੇਸ ਦੇ ਵਿੱਚ ਹੈ, ਅਤੇ ਉਹਨਾਂ ਦੇ ਨਾਲ ਮਤਲਬ ਯਾਨੀ ਮਿਲ ਕੇ ਕੰਮ ਯਾਨੀ ਨਜਾਇਜ਼ ਯਾਨੀ ਇਹ ਪਰਚਾ ਪਿਆ। ਤੁਹਾਡਾ ਰਾਬਤਾ ਹੁੰਦਾ ਸੀ ਪਰਿਵਾਰ ਦੇ ਨਾਲ? ਜੀ ਬਿਲਕੁਲ। ਅਤੇ ਹੁਣ ਕਿੰਨਾ ਦੀ ਸਹਾਇਤਾ ਨਾਲ ਤੁਸੀਂ ਵਾਪਸ ਆਏ ਹੋ? SP ਸਿੰਘ ਉਬਰਾਏ ਉਹਨਾਂ ਦੇ ਨਾਲ, ਸੁਰਿੰਦਰਪਾਲ ਸਿੰਘ ਉਬਰਾਏ। ਅਤੇ ਧੰਨਵਾਦ ਕਰਨਾ ਚਾਹੋਗੇ ਉਹਨਾਂ ਦਾ? ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੂੰਗਾ ਉਹਨਾਂ ਦੀ ਟੀਮ ਦਾ, ਅਤੇ ਭਾਈ ਸੁਖਦੀਪ ਸਿੰਘ ਜਿਨ੍ਹਾਂ ਦੇ ਨਾਲ ਸਾਡੀ ਡੇਲੀ ਗੱਲਬਾਤ ਹੁੰਦੀ ਰਹੀ ਹੈ, ਪਿੱਛੋਂ ਮੇਰੇ ਫੈਮਿਲੀ ਉਹਨਾਂ ਦੇ ਨਾਲ ਮਿਲ ਕੇ ਗੱਲਬਾਤ ਕਰਦੇ ਰਹੇ ਉਹਨਾਂ ਦੇ ਨਾਲ। ਬਹੁਤ ਮੁਸ਼ਕਲ ਹੁੰਦੀ ਜੀ, ਗੁਰਪ੍ਰੀਤ ਜੀ ਦੱਸ ਦੂਗਾ ਉੱਥੇ, ਕਿਉਂਕਿ ਇੱਕ ਤਾਂ ਭਾਸ਼ਾ ਦੀ ਬੜੀ ਸਮੱਸਿਆ ਉੱਥੇ, ਸਾਨੂੰ ਹਰ ਕਾਗਜ਼ ਜਿਹੜਾ ਵਾ ਉੱਥੋਂ ਟਰਾਂਸਲੇਟ ਕਰਕੇ ਇੱਧਰ ਦਾ ਜਿਹੜਾ ਉਹਨਾਂ ਦਾ ਕੌਂਸਲੇਟ ਆ ਅੰਬੈਸੀ ਆ ਉਹਨਾਂ ਦੇ ਰਾਹੀਂ ਭੇਜਣਾ ਪੈਂਦਾ ਸੀ, ਦਿੱਲੀ ਤੱਕ ਭਜਨ ਅੱਠ ਕਰਨੀ ਪੈਣੀ, ਉੱਥੇ ਬਹੁਤ ਮੁਸ਼ਕਲ ਆਉਂਦੀ ਆ ਭਾਸ਼ਾ ਦੀ। ਇੱਕ ਉੱਥੇ ਕੋਈ ਦੇਖੋ 7 ਬਗਾਨੇ ਮੁਲਕ ਦੇ ਵਿੱਚ ਇੱਥੇ ਕਿਸੇ ਦੇ ਕਤਲ ਦਾ ਕੇਸ ਪੈ ਜਾਵੇ ਤਾਂ ਬਹੁਤ ਮੁਸ਼ਕਲ ਆਉਂਦੀ ਆ ਬੰਦੇ ਨੂੰ ਛਡਾਉਣਾ ਹੋਵੇ ਤਾਂ। ਉੱਥੇ ਸਿਰਫ ਸ਼ਰੀਅਤ ਦੇ ਕਾਨੂੰਨ ਦੇ ਵਿੱਚ ਇੱਕ ਮੱਦ ਹੈ ਜਿਹੜੀ ਕਿ ਬਲੱਡ ਮਨੀ ਤੁਸੀਂ ਦੇ ਕੇ ਜੇ ਪਰਿਵਾਰ ਮੰਨਦਾ ਹੋਵੇ ਸਹਿਮਤ ਹੋਣ ਤਾਂ ਫਿਰ ਤੁਸੀਂ ਛਡਾ ਸਕਦੇ ਜੇ, ਬਾਕੀ ਉੱਥੇ ਮੁਸ਼ਕਲਾਂ ਬਹੁਤ ਆ। ਕੋਈ ਬਗਾਨੇ ਸੱਤ ਬਗਾਨੇ ਮੁਲਕ ਦੇ ਵਿੱਚ ਪ੍ਰਦੇਸ਼ ਦੇ ਵਿੱਚ ਕੋਈ ਬਾਹਰ ਨਹੀਂ ਫੜਦਾ, ਅਤੇ ਉਬਰਾਏ ਸਾਹਿਬ ਦੇ ਕਰਕੇ ਸਾਨੂੰ ਆਸ ਸੀਗੀ ਕਿ ਅਸੀਂ ਨੇਪਰੇ ਚਾੜ ਲਵਾਂਗੇ ਕਿਸੇ ਨਾ ਕਿਸੇ ਤਰੀਕੇ ਨਾਲ,
ਅਸੀਂ ਲੇਟ ਜ਼ਰੂਰ ਹੋਏ ਹਾਂ, ਕੁਛ ਸਮਾਂ ਨਿਕਲ ਗਿਆ। ਸਾਡੀ ਇੱਛਾ ਸੀ ਕਿ ਗੁਰਪ੍ਰੀਤ ਦੇ ਪਿਤਾ ਜੀ ਦੇ ਹੁੰਦਿਆਂ ਹੁੰਦਿਆਂ ਇਹਨੂੰ ਵਾਪਸ ਲੈ ਆਈਏ, ਪਰ ਉਹ ਸੰਭਵ ਨਹੀਂ ਹੋ ਸਕਿਆ। ਬਿਮਾਰ ਹੋ ਗਏ, ਬਿਮਾਰੀ ਇਸ ਤਰ੍ਹਾਂ ਦੀ ਗੰਭੀਰ ਸੀਗੀ ਕਿ ਪਿਛਲੇ ਸਾਲ ਡੇਢ ਸਾਲ ਪਹਿਲਾਂ ਉਹ ਸਾਡੇ ਤੋਂ ਅਲਵਿਦਾ ਹੋ ਗਏ। ਸੋ ਮੁਸ਼ਕਲਾਂ ਤਾਂ ਬਹੁਤ ਹੈ ਜੀ, ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਸਭ। ਅਤੇ ਆਪਣੀ ਭਾਰਤ ਸਰਕਾਰ ਵੱਲੋਂ ਆਪਣੀ ਕਿੰਨੀ ਕੁ ਹੈਲਪ ਕੀਤੀ ਗਈ? ਭਾਰਤ ਸਰਕਾਰ ਵੱਲੋਂ ਦੇਖੋ, ਕੇਸ ਤਾਂ ਸਾਰਾ ਅਬਰਾਜ ਸਾਹਿਬ ਨੇ ਖੁਦ ਲੜਿਆ, ਪਰ ਫਿਰ ਵੀ ਡਾਕੂਮੈਂਟੇਸ਼ਨ ਦੇ ਵਿੱਚ, ਦਸਤਾਵੇਜ਼ ਮੁਹੱਈਆ ਕਰਨ ਦੇ ਵਿੱਚ, ਬੰਦੇ ਨੂੰ ਜਿਹੜੀਆਂ ਲੀਗਲ ਫੋਰਮੈਲਿਟੀਜ਼ ਆ ਉਹਦੇ ਵਿੱਚ ਕਰਨ ਦੇ ਵਿੱਚ ਜਿੰਨਾ ਕੁ ਉੱਥੋਂ ਦੀ ਐਂਬੈਸੀ ਜਿਹੜੀ ਆ ਉਹ ਸਹਿਯੋਗ ਦਿੰਦੀ ਆ।